जी आया नू प्यारे विद्यार्थियों, पंजाब स्टेट एजुकेशन बोर्ड दी 5वीं जमात दी अंग्रेजी दी किताब रेनबो, उसका लैसन नंबर 3 चाइल्ड एंड ग्रैंड माँ। आओ उसकी जो एक्सरसाइज है, उसका जो सैक्शन है लेटरस आंसर, उनू करिए। ये 3 सब सैक्शन है ने, ए बी अते सी। वो तीनों सब सैक्शन इस वीडियो विच असी करांगे। सो लेट्स आंसर का मतलब है आओ जवाब देइए, अर्थात जो लैसन पढ़िया है उहदे विच्चों ही असी जवाब लभणे ने। इस करके जिहड़े विद्यार्थियों ने पहला वीडियो जिहदे विच कविता सारी पढ़ी गई है उहदे अर्थ समझाए गए ने ते उहदा भाव अर्थ समझाया गया, जो नहीं देखिया ते पहले वो वीडियो देखो ते फिर इह वाला वीडियो देखण दा जतन करो। जो वीडियो नहीं देखिया तो तुसी अपनी किताब विच्चों भी, जे तुसी कविता पढ़ लईए, सबक चंगी तरह पढ़ लिया तो फिर भी तुसी यह वीडियो देख सकते हो। सो आओ शुरू करिए। आंसर दी फॉलोइंग क्वेश्चंस, आंसर मैंने जवाब दवो। फॉलोइंग मैंने हेठ लिखे, क्वेश्चंस मैंने सवाल, हेठ लिखे सवालों के जवाब दवो। पहला क्वेश्चन है, वट काइंड ऑफ स्किन डज द ग्रैंड मदर, ਤੁਹਾਡੀ ਕਿਤਾਬ 'ਚ ਲਿਖਿਆ ਹੈਜ਼, ਇਹ ਗਲਤ ਛਪਿਆ, ਇੱਥੇ ਹੈਜ਼ ਨਹੀਂ ਆਉਣਾ ਚਾਹੀਦਾ, ਇੱਥੇ ਹੈਵ ਆਉਣਾ ਚਾਹੀਦਾ। ਮੈਂ ਦੋਨੋਂ ਲਿਖ ਦਿੱਤੇ ਨੇ ਤਾਂ ਕਿ ਤੁਹਾਡਾ ਧਿਆਨ ਉਚੇਚੇ ਤੌਰ 'ਤੇ ਇਸ ਪਾਸੇ ਜਾਵੇ। ਸੋ ਹੈਜ਼ ਗਲਤ ਛਪਿਆ, ਡਜ਼ ਦੇ ਨਾਲ ਕਦੀ ਵੀ ਹੈਜ਼ ਨਹੀਂ ਆਉਂਦਾ, ਡੂ ਡਜ਼ ਡਿਡ ਦੇ ਨਾਲ ਹਮੇਸ਼ਾ ਹੈਵ ਆਉਂਦਾ, ਠੀਕ ਹੈ। ਸੋ ਇਹ ਤੁਸੀਂ ਆਪਣੇ ਟੀਚਰ ਦੇ ਧਿਆਨ ਵਿੱਚ ਵੀ ਲਿਆ ਦਿਓ ਅਤੇ ਉਹ ਆਪੇ ਹੀ ਫਿਰ ਉਹ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਨਾਲ ਗੱਲ ਕਰਕੇ ਇਹਨਾਂ ਛੋਟੀ ਮੋਟੀ ਗਲਤੀਆਂ ਨੂੰ ਠੀਕ ਕਰਵਾ ਸਕਦੇ ਨੇ, ਠੀਕ ਹੈ। ਸੋ ਕਾਇੰਡ ਬੱਚਿਓ, ਕਾਇੰਡ ਦੇ ਮਤਲਬ ਹੁੰਦੇ ਨੇ ਦੋ ਮਤਲਬ, ਤਾਂ ਆਮ ਤੌਰ 'ਤੇ ਜਿਹੜੇ ਵਰਤੇ ਨੇ ਮੈਂ ਦੱਸ ਦੇਵਾਂ। ਇੱਕ ਕਾਇੰਡ ਦਾ ਮਤਲਬ ਹੁੰਦਾ ਜਿਹੜਾ ਅਸੀਂ ਮਨੁੱਖੀ ਸੁਭਾਅ ਦੇ ਬਾਰੇ ਗੱਲ ਕਰਦੇ ਹਾਂ, ਦਿਆਲੂ, ਦਿਆ, ਹੈ ਨਾ। ਦਿਆ ਨੂੰ ਅਸੀਂ ਕਹਿੰਦੇ ਹਾਂ ਕਾਇੰਡਨੈਸ, ਅਤੇ ਜਿਹਦੇ ਵਿੱਚ ਕਾਇੰਡਨੈਸ ਹੋਵੇ, ਜਿਹ 'ਚ ਦਿਆ ਹੋਵੇ, ਜਿਹੜਾ ਮਨੁੱਖ ਦਿਆਲੂ ਹੋਵੇ, ਉਹਨੂੰ ਕਹਿੰਦੇ ਹਾਂ ਕਾਇੰਡ। ਪਰ ਇੱਥੇ ਇਹਦਾ ਇਹ ਮਤਲਬ ਨਹੀਂ ਹੈਗਾ, ਇੱਥੇ ਕਾਇੰਡ ਦਾ ਮਤਲਬ ਟਾਈਪ, ਕਿਸ ਕਿਸਮ ਦੀ, ਠੀਕ ਹੈ। ਵਟ ਕਾਇੰਡ ਆਫ ਸਕਿਨ, ਕਿਸ ਕਿਸਮ ਦੀ ਚਮੜੀ ਡਜ਼ ਦੀ ਗ੍ਰੈਂਡ ਮਦਰ ਹੈਵ, ਹੁੰਦੇ ਹੈਜ਼ ਨਹੀਂ ਹੈਗਾ, ਹੈਵ, ਅਰਥਾਤ ਦਾਦੀ ਮਾਂ ਦੀ ਚਮੜੀ ਜਿਹੜੀ ਹੈ ਉਹ ਕਿਸ ਕਿਸਮ ਦੀ ਹੈ, ਠੀਕ ਹੈ। ਸੋ ਇਹਦਾ ਜਵਾਬ ਕੀ ਆਏਗਾ, ਇਹਦਾ ਜਵਾਬ ਹੈਗਾ ਗ੍ਰੈਂਡ ਮਦਰ ਹੈਜ਼ ਰਿੰਕਲਡ ਸਕਿਨ। ਜਿੱਥੇ ਬੱਚੇ ਸਵਾਲ ਵਿੱਚ ਡਜ਼ ਆਏ ਉੱਥੇ ਫਿਰ ਜਿਹੜਾ ਹੈਵ ਹੈਗਾ, ਜੇ ਉਹ ਹੈਵ ਆਉਣਾ ਚਾਹੀਦਾ ਸੀਗਾ, ਉਹ ਹੈਵ ਦਾ ਹੈਜ਼ ਬਣ ਜਾਏਗਾ, ਹੈਜ਼। ਜਿੱਥੇ ਡਿਡ ਹੋਵੇ ਉੱਥੇ ਸੈਕਿੰਡ ਫੋਰਮ ਬਣ ਜਾਂਦੀ ਹੈ, ਜਿੱਥੇ ਡਜ਼ ਹੋਵੇ ਉੱਥੇ ਹੈਜ਼ ਬਣ ਜਾਏਗਾ, ਜੇ ਹੈਵ ਹੈਜ਼ ਦੇ ਵਿੱਚ ਸਵਾਲ ਆ ਰਿਹਾ। ਜੇ ਕੋਈ ਹੋਰ ਕਿਰਿਆ ਹੈਗੀ ਹੈ ਫਿਰ ਉਹਦੇ ਨਾਲ ਐਸ ਲੱਗ ਜਾਂਦਾ, ਜਿੱਦਾਂ ਈਟਸ, ਨਿਬਲਸ, ਸਲੀਪਸ, ਇਸ ਤਰ੍ਹਾਂ ਦਾ, ਠੀਕ ਹੈ। ਇਹ ਚੀਜ਼ਾਂ ਅੱਗੇ ਵੀ ਸਵਾਲਾਂ 'ਚ ਆਉਣਗੀਆਂ, ਤੁਹਾਨੂੰ ਹੋਰ ਕਲੀਅਰ ਹੋ ਜਾਣਗੀਆਂ। ਸੋ ਵਟ ਕਾਇੰਡ ਆਫ ਸਕਿਨ ਡਜ਼ ਦੀ ਗ੍ਰੈਂਡ ਮਦਰ ਹੈਵ, ਹੈਜ਼ ਗਲਤ ਹੈ ਬੱਚਿਓ, ਮੈਂ ਬਾਰ ਬਾਰ ਕਰ ਰਿਹਾ, ਹੈਵ ਆਏਗਾ, ਠੀਕ ਹੈ। ਸੋ ਇਹਦਾ ਜਵਾਬ ਹੈਗਾ ਗ੍ਰੈਂਡ ਮਦਰ ਹੈਜ਼ ਰਿੰਕਲਡ ਸਕਿਨ। ਰਿੰਕਲ ਮੈਨੇ ਝੁਰੜੀ, ਰਿੰਕਲਸ ਮੈਨੇ ਝੁਰੜੀਆਂ, ਅਤੇ ਰਿੰਕਲਡ ਮੈਨੇ ਝੁਰੜੀਆਂ ਵਾਲੀ, ਜੇ ਤੇ ਝੁਰੜੀਆਂ ਪਈਆਂ ਹੋਣ ਉਹਨੂੰ ਕਿਹਾ ਜਾਂਦਾ ਰਿੰਕਲਡ। ਸੋ ਗ੍ਰੈਂਡ ਮਦਰ ਹੈਜ਼ ਰਿੰਕਲਡ ਸਕਿਨ, ਅਰਥਾਤ ਦਾਦੀ ਮਾਂ ਦੀ ਚਮੜੀ ਝੁਰੜੀਆਂ ਵਾਲੀ ਹੈ। ਸਵਾਲ ਨੰਬਰ 2, ਵਟ ਡਜ਼ ਦੀ ਚਾਈਲਡ ਸੀ ਇਨ ਦਾ ਸਕਾਈ। ਹੁਣ ਦੇਖੋ ਜਿਹੜੀ ਉਹ ਡਜ਼ ਦੀ ਗੱਲ ਸੀ ਨਾ, ਹੁਣ ਇੱਥੇ ਆਏਗੀ, ਹੁਣ ਇੱਥੇ ਅਗਰ ਸੀ ਹੈ ਨਾ ਬੱਚਿਓ, ਸੀ ਇਹਦੇ ਕੋਲ ਫਸਟ ਫੋਰਮ ਹੈਗੀ ਹੈ, ਅਤੇ ਡਜ਼ ਦੇ ਨਾਲ ਫਸਟ ਫੋਰਮ ਆਏਗੀ, ਡੂ ਨਾਲ ਫਸਟ ਫੋਰਮ ਆਏਗੀ, ਡਿਡ ਨਾਲ ਫਸਟ ਫੋਰਮ ਆਏਗੀ, ਪਰ ਇੱਥੇ ਡਜ਼ ਹੈਗਾ ਅਤੇ ਜਵਾਬ ਦੇ ਜਿਹੜਾ ਸੀ ਹੈਗਾ ਉਹ ਸੀਜ਼ ਬਣ ਜਾਏਗਾ, ਸੀਜ਼, ਇਹਦੇ ਕੋਲ ਸੀਜ਼, ਠੀਕ ਹੈ। ਸੋ ਵਟ ਮੈਨੇ ਕੀ, ਡਜ਼ ਦਾ ਚਾਈਲਡ ਸੀ ਇਨ ਦਾ ਸਕਾਈ, ਬੱਚਾ ਆਕਾਸ਼ ਵਿੱਚ ਗਗਨ ਵਿੱਚ ਕੀ ਦੇਖਦਾ ਹੈ। ਸੋ ਜਵਾਬ ਆਏਗਾ, ਬੱਚਾ ਕਹਿੰਦਾ ਨਾ ਆਈ ਸੀ ਮਸ਼ੀਨਸ ਇਨ ਦਾ ਸਕਾਈ, ਦ ਚਾਈਲਡ ਸੀਜ਼ ਮਸ਼ੀਨਸ ਇਨ ਦਾ ਸਕਾਈ, ਐਸ ਡਜ਼ ਸੀਗਾ, ਸੋ ਸੀ ਦਾ ਬਣ ਗਿਆ ਸੀਜ਼, ਦੀ ਚਾਈਲਡ ਸੀਜ਼, ਇੱਥੇ ਆ ਜਾਏਗਾ ਵਟ ਦੀ ਜਗ੍ਹਾ ਆ ਜਾਏਗਾ ਇੱਥੇ ਮਸ਼ੀਨਸ ਇਨ ਦਾ ਸਕਾਈ, ਬੱਚਾ ਆਕਾਸ਼ ਵਿੱਚ ਮਸ਼ੀਨਾਂ ਦੇਖਦਾ ਹੈ। ਕਹਿੰਦੇ ਹੂ ਆਰ ਅਲਾਈਕ, ਅਲਾਈਕ ਮੈਨੇ ਇੱਕੋ ਜਿਹੇ, ਸਿਮਿਲਰ, ਕੌਣ ਇੱਕੋ ਜਿਹੇ ਹਨ, ਅਤੇ ਬੱਚਾ ਕਵਿਤਾ 'ਚ ਖੁਦ ਕਹਿ ਰਿਹਾ ਹੈ ਨਾ ਆਪਣੇ ਸ਼ਬਦਾਂ ਵਿੱਚ, ਆਈ ਐਂਡ ਮਾਈ ਗ੍ਰੈਂਡ ਮਦਰ ਆਰ ਅਲਾਈਕ, ਵੀ ਆਰ ਸੋ ਅਲਾਈਕ, ਵੀ ਥਿੰਕ ਅਲਾਈਕ।
सो जवाब आएगा चाइल्ड एंड ग्रैंड मदर आर अलाइक, अर्थात बच्चा अते उहदे दादी इको जिहे हन। आओ हुण अगे चलिए। क्वेश्चन नंबर 4, फॉर हाउ लोंग डू दे वॉन्ट टू स्टे टूगैदर। स्टे टूगैदर मैंने इकट्ठे रहना, वॉन्ट टू स्टे टूगैदर इकट्ठे रहना चाहते हैं, डू दे प्रेजेंटस की गल हो रही है। हुण देखो दे है ना बच्चे बहुवचन, इतने डू आया, जिहड़ा डज हैगा वह एक वचन के नाल आंदा है, जिथे गल सी कल्ली ग्रैंड मदर की कल्ले बच्चे की उत्थे आया डज। हुण हैगा दे, दो जाने ने, दो या दो तो वध हुण फिर दे आंदा, फिर डू, फिर डज आएगा, फिर डज नहीं आएगा, फिर डू आएगा। ठीक है, फॉर हाउ लोंग किन्नी देर लई, वो दोनों, वो दोवें किन्ने समय लई इकट्ठे रहना लोचते हैं। वांट मैंने लोचना करनी, इच्छा रखनी, चाहना। वो दोनों किन्ने समय लई इकट्ठे रहना चाहते हैं, किट्ठे किन्ने समय लई इकट्ठे रहने की इच्छा रखते हैं, किन्ना समा इकट्ठे रहने की लोचा करते हैं। सो आ जाएगा दे वॉन्ट टू स्टे टूगैदर फॉर एवर एंड एवर मोर। वो बच्चा कहता ना लेट अस स्टे टूगैदर फॉर एवर एंड एवर मोर, अर्थात सदा लई अते सदा तो भी ज़्यादा समय लई, उस तो बाद भी फॉर एवर एंड एवर मोर। ए सारे जवाब बच्चे असी जो सबक सी जो कविता पढ़ी वो असी लभ के लिख दते हैं। ठीक है, आओ हुण पार्ट बी करिए, पार्ट बी लेट्स आंसर द कंप्लीट द फॉलोइंग सेंटेंसेज। इन्होंने कुछ सेंटेंस लिखे ने विच खाली स्थान छड़े ने, ठीक है, तो खाली स्थान भरने ने। खाली स्थान भी असी जो कविता पढ़ी है उन्हों देख के वह हवाला लैके ही भरने ने। सो खाली स्थानों मैं इतने अंडरलाइन किया हो, इधर पता लगता है कि इतने खाली स्थान से। जायंट्स मेक खाली स्थान मूव्स, तो असं जल्द कविता पढ़ते हैं उस लिखा है स्विफ्ट मूव्स। वो कहना जायंट्स इन ब्लैक बूट्स मेक स्विफ्ट मूव्स। ठीक है, तो स्विफ्ट मैंने तेज़ हरकतां, तेज़ हलचल, तेज़ चालना चलते हैं। ठीक है ना, मतलब बहुत तेज़ से तुरते हैं जायंट्स, मैंने व्डे मनुख एडल्ट्स जोड़े है। ठीक है, फिर इतने खाली स्थान हैव नो आईज, जो कहते ना आई सी, आई स्पाई इन द स्काई मशीन्स, है ना, दे हैव लुक लाइक बर्ड्स बट दे हैव नो आईज। सो की है, मशीन्स इन द स्काई हैव नो आईज, जड़ियाँ आसमान में मशीन उड़ रही ने उन्हों दियाँ अखा नहीं है, वो बेशक जापदियाँ पंछियों वांगू ने पर उन्हों दी अखा नहीं है क्योंकि वो एरोप्लेन ने, कोई हैलीकॉप्टर हैगा, कोई जट हैगा। ठीक है, फिर कहिंदा है दी बिग वर्ल्ड इज़ कंपेयर टू एन खाली स्थान। वो कहिंदा है कि है ना आई एंड माई ग्रैंड मदर वी साई एट एन एली, एक एलियन वर्ल्ड है, जो एडल्ट वर्ल्ड, बिग बिग वर्ल्ड है मेरे लिए, एलियन ओपरा वर्ल्ड है। सो कहिंदा है दी बिग वर्ल्ड इज़ कंपेयर टू एन एलियन वर्ल्ड, जिहड़ी वड्डी दुनिया है, जिहड़ी दादी अते बच्चे दी दुनिया तो बाहरी हैगी है, वड्डे मनुखां दी, जिहड़े ग्रोनअप हैगे ने, एडल्ट हैगे ने, वो किहनू कंपेयर करता है, किहदा तुलना करता है, कंपेयर मैंने तुलना की गई है, वड्डी दुनिया की, वड्डे मनुखां दी दुनिया की किहदा तुलना की गई, ओपरे वर्ल्ड है, एलियन वर्ल्ड, स्ट्रेंजर वर्ल्ड, फॉरन वर्ल्ड, अर्थात जिहदा उहदे नाल कोई संबंध नहीं जुड़दा, जिहदे नाल उहदा कोई लिंक नहीं बैठदा, वो एलियन वर्ल्ड, वो एक ओपरी दुनिया है। आओ अगे चलिए। चौथा, ग्रैंड मदर एंड दी चाइल्ड थिंक, दादी अते बच्चा सोचते हैं, किदा सोचते हैं, इको जिहा, वो कहते ना वी थिंक अलाइक, अलाइक मैंने दोनों इको जिहा सोचते हैं, दोनों होके पढ़ते हैं, दोनों वड्डे की दुनिया देख के हैरान होंगे ने, है ना, सोचते हैं। फिर है दे खाली स्थान ईच अदर, तो लिखा है वी स्माइल एंड हग ईच अदर, सो दे स्माइल, वो मुस्कुराते हैं, एंड हग ईच अदर, अते एक दूजे नाल गले मिलते हैं, एक दूजे नाल जफ्फी पाते हैं। अगला बच्चे पार्ट आ गया सी, राइट राइमिंग वर्ड्स फ्रॉम दी पोएम। इन्होंने पोएम चो क्या है, पर मैं ब्रैकेट विच बच्चे तुहाडे लई होर शब्द भी लिख दिते ने ताकि तुहाडे ज्ञान च वाधा होवे ते तुहाडी सुरत, तुहाडा दिमाग उस पासे चले ताकि तुसी भी कुछ रचनात्मक रुचियां नू अपनियां नू खंभ दे सको, उडारियां मार सको, ते अपने आप नू किताब तक सीमित ना रखो। रैमिंग वर्ड्स बच्चे कड़े होंदे ने, रैमिंग वर्ड्स होंदे ने जिन्हों पंजाबी कहिंदे तुकबंदी वाले वर्ड्स, तुकबंदी वाले शब्द। यह बच्चों जदों कविता लिखी जाती है, जदों गीत लिखे जाते हैं, तो रैमिंग वर्ड्स तुकबंदी जिहड़ी है बड़ी महत्वपूर्ण होंदी है। जिवें कहां कख, कख तो अगे जिवें अगली लाइन बने रख आना चाहिए, रख आ जाए,
है ना, पख आ जाए, चख आ जाए, मख आ जाए, ठीक है। ऐ की रैमिंग वर्ड है, जिदा मैं कहाँ कसूर, दस्तूर, नूर, पूर, चूर, कूर, दूर, ए सारे की ने देखो ऊर ऊर की आवाज़ आ रही है, इनको कहते हैं राइमिंग, ठीक है। सो कविता च भी इदा ही है, देखो स्काई का की बन जाता है, स्काई का जोड़ा बनेगा देखो आई, स्काई आई, स्पाई आई, फिर आ गया आई एवला, थोड़ा एवला ही आ गया आई अख वाला, फिर साई होंका भरना, माई मेरा, तो ब्रैकेट पाता है थोड़े लिए हो डाई रंग देना रंगना, डाई मरना, लाई झूठ बोलना, नाई नेड़े क्लोज लागे, वाई क्यों, फिर आ गया स्किन, स्किन का एको शब्द है थोड़ी वे किन, किन मैंने संबंधी रिश्तेदार। सो ये बहुत सारे ने अंग्रेजी, बिन चिन, बिन मैंने होंगे एक डब्बा जिसका डस्टबिन होंगे, ठीक है। चिन मैंने ठोडी, डिन मैंने रौला, फिन मैंने जो मच्छी के खंभ जो होंगे ने बने होंगे उन्होंने फिन कहने, पिन सिन पाप, टिन एक धातु का नाम है, थिन पतला, विन जितना। आई फिर है दोनों रलाते, इन्होंने वैसे वक्रे वक्रे कर इन्होंने कर दते, एको चीज़ बनती सी आई, सो आई का बन गया स्पाई, तो बाकी उपर लिखे हुए हैं आई साई, ठीक है। तो ये होर लिख सकते हैं बाय बाय, है ना, देखो बाय बाय बाय, तीनों बाय ने पर तिना के स्पैलिंग वक्रे ने, तिना के जड़े ने अर्थ वक्रे ने। यदा मतलब बाय का मतलब दोबारा भी होंगे, ऐ बाय जो गुड बाय करना, टाटा करनी, बाय खरीदना, हाय जो हैलो करते हैं आप मिलते हैं, जल्द कराई रोना, ट्राई जतन करना, फ्राई तलना। सो इस तरह बच्चों जोड़े ਇਹ ਰਾਈਮਿੰਗ ਦਾ ਇਹ ਫਾਇਦਾ ਹੁੰਦਾ ਹੈ, ਤੁਸੀਂ ਜੋੜ ਮੇਲ ਕਰਕੇ ਇਹਦੇ ਨਾਲ ਤੁਸੀਂ ਇਕੱਠੇ ਸੋਚ ਕੇ, ਜਿੱਦਾਂ ਆਪਣੀ ਪੰਜਾਬੀ 'ਚ ਵੀ ਸੋਚੋ ਊੜਾ ਐੜਾ ਈੜੀ ਸੱਸਾ ਹਾ ਕੱਕਾ, ਹੈ ਨਾ, ਜਿੱਦਾਂ ਮਤਲਬ ਮੈਂ ਬਾਏ ਦਾ ਸੋਚਣਾ, ਮੈਂ ਕਹਾਂ ਊੜਾ ਐੜਾ ਈੜੀ ਸੱਸਾ ਸਾਏ, ਨਹੀਂ ਸਾਏ ਐੱਸ ਆਈ ਜੀ ਐੱਚ ਬੰਦਾ ਸਾਏ, ਹੈ ਨਾ, ਫਿਰ ਮੈਂ ਕਰ ਲਵਾਂ ਹਾ ਹਾ ਕੱਕਾ ਖੱਖਾ ਗੱਗਾ ਘੱਗਾ ਊਆਂ ਚੱਚਾ ਚਾਏ ਸੀ ਐੱਚ ਆਈ ਏ ਆਈ ਚਾਏ, ਮਤਲਬ ਕਿ ਇਹ ਵਰਡ ਵੀ ਆਪਣਾ ਅੰਗਰੇਜ਼ੀ ਵਿੱਚ ਆ ਗਿਆ, ਚਾਏ ਛੱਛਾ ਜੱਜਾ ਛੱਜਾ, ਹੈ ਨਾ, ਫਿਰ ਬਾਬਾ ਬਾਏ ਹਾ ਹਾ ਹਾਏ। ਸੋ ਇਸ ਤਰ੍ਹਾਂ ਮਤਲਬ ਕਿ ਤੁਸੀਂ ਬੜੇ ਸਾਰੇ ਇੱਦਾਂ ਇੱਕ ਨਾ ਲੜੀ ਦੇ ਨਾਲ ਤੁਸੀਂ ਆਪਣਾ ਸ਼ਬਦਾਂ ਦਾ ਸੰਗ੍ਰਹਿ ਜਿਹੜਾ ਹੈ ਇਹ ਵੱਡਾ ਕਰ ਸਕਦੇ ਹੋ। ਇੱਦਾਂ ਸ਼ਬਦ ਯਾਦ ਕਰਨੇ ਇੱਕ ਦੂਜੇ ਨਾਲ ਜੋੜ ਕੇ ਇਹ ਬੜੇ ਜ਼ਰੂਰੀ ਹੁੰਦੇ ਨੇ। ਔਰ ਇਸ ਤਰ੍ਹਾਂ ਬੱਚਿਓ ਕਈ ਵਾਰ ਕੀ ਹੁੰਦਾ ਹੈ, ਇਹਦੇ ਨਾਲ ਨਾ ਸ਼ਬਦਾਂ ਦੇ ਜੋੜ ਮੇਲ ਕਰਕੇ ਸ਼ਬਦਾਂ ਦੇ ਜੋੜ ਮੇਲ ਬਣਾਏ ਜਾਂਦੇ ਨੇ। ਇਹ ਸਾਡੀ ਬੋਲੀ 'ਚ ਵੀ ਹੈਗੇ ਨੇ, ਦੂਜੀ ਬੋਲੀ 'ਚ ਮੈਂ ਤੁਹਾਨੂੰ ਉਦਾਹਰਣ ਦਿੰਦਾ ਥੋੜ੍ਹੇ ਜਿਹੇ। ਜਿੱਦਾਂ ਇੰਗਲਿਸ਼ ਵਿੱਚ ਬੜੇ ਸਾਰੇ ਇੱਦਾਂ ਦੇ ਫਰੇਜ਼ ਬਣੇ, ਜਿੱਦਾਂ ਹੈਲਟਰ ਸਕੈਲਟਰ, ਹੋਕਸ ਪੋਕਸ, ਹੈਂਕੀ ਪੈਂਕੀ, ਹੈ ਨਾ, ਹਸਲ ਬਸਲ, ਇਹ ਸਾਰੇ ਜਿਹੜੇ ਹੈਗੇ ਨੇ ਅੰਗਰੇਜ਼ੀ ਦੇ ਸ਼ਬਦ ਜੋੜਨੇ। ਆਪਣੇ ਪੰਜਾਬੀ 'ਚ ਵੀ ਹੈਗੇ ਨੇ, ਜਿੱਦਾਂ ਸੰਗਤ ਪੰਗਤ, ਜਾਤ ਪਾਤ, ਪੁਰਾਣ ਕੁਰਾਨ, ਧਰਮ ਕਰਮ, ਹੈ ਨਾ। ਸੋ ਇਸ ਤਰ੍ਹਾਂ ਬੜੇ ਸਾਰੇ ਜਿਹੜੇ ਹੈਗੇ ਨੇ ਇਹ ਜਿਹੜੇ ਆਪਣਾ ਹਰ ਬੋਲੀ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ, ਇਹਦਾ ਇੱਕ ਤੁਕਬੰਦੀ ਬਣਦੀ ਹੈ ਅਤੇ ਕੇਵਲ ਦੋ ਸ਼ਬਦਾਂ ਨੂੰ ਜੋੜ ਕੇ ਉਹ ਜਿਹੜੀ ਬੋਲੀ ਹੈ ਉਹਨੂੰ ਸ਼ਿੰਗਾਰਿਆ ਜਾ ਸਕਦਾ, ਉਹਨੂੰ ਵਧੀਆ ਕਰਕੇ ਪੇਸ਼ ਕੀਤਾ ਜਾ ਸਕਦਾ ਹੈ। ਸੋ ਪਿਆਰੇ ਬੱਚਿਓ, ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡਾ ਲੈਟਸ ਆਨਸਰ ਦਾ ਜਿਹੜਾ ਐਕਸਰਸਾਈਜ਼ ਦਾ ਸੈਕਸ਼ਨ, ਚੈਪਟਰ ਨੰਬਰ 3 ਚਾਈਲਡ ਐਂਡ ਗ੍ਰੈਂਡਮਾ, ਅਤੇ ਇਹਦੇ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਇੱਥੇ। ਤੁਸੀਂ ਸਾਰੇ ਰਲ ਮਿਲ ਕੇ ਇਸ ਚੈਨਲ ਨੂੰ ਸਪੋਰਟ ਕਰੋ। ਸਪੋਰਟ ਕਰਨ ਦਾ ਇੱਕੋ ਹੀ ਤਰੀਕਾ ਹੈ, ਤੁਸੀਂ ਸਬਸਕ੍ਰਾਈਬ ਕਰੋ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਅਤੇ ਨਾਲ ਦੇ ਨਾਲ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰੋ। ਅਤੇ ਆਪਣੇ ਘਰ ਜਾਂ ਲਾਗੇ ਛਾਗੇ ਜਿਹੜੇ ਬੱਚੇ ਤੁਹਾਡੇ 6ਵੀਂ 7ਵੀਂ 'ਚ ਪੜ੍ਹਦੇ ਨੇ, ਉਹਨੂੰ ਦੱਸੋ ਕਿ 6ਵੀਂ 7ਵੀਂ ਦੇ ਅੰਗਰੇਜ਼ੀ ਦੇ ਲੈਸਨ ਵੀ ਇਸੇ ਤਰ੍ਹਾਂ ਤਿਆਰ ਕਰਕੇ ਪਾਏ ਜਾ ਰਹੇ ਹਨ। 6ਵੀਂ ਦੇ ਗਣਿਤ ਦੇ ਵੀ ਸ਼ੁਰੂ ਕਰ ਦਿੱਤੇ ਗਏ ਹਨ, ਪਹਿਲਾ ਚੈਪਟਰ ਹੋ ਗਿਆ ਉਹਦਾ, ਠੀਕ ਹੈ, ਉਹਦੀ 3 ਐਕਸਰਸਾਈਜ਼ਾਂ ਪਾ ਦਿੱਤੀਆਂ ਗਈਆਂ ਨੇ। ਅਤੇ ਬਾਕੀ 8ਵੀਂ 9ਵੀਂ 10ਵੀਂ ਦੇ ਮੈਥ ਦੇ ਸਾਰੇ ਸਵਾਲ ਪਹਿਲਾਂ ਹੀ ਹੱਲ ਕਰਕੇ ਵੀਡੀਓ ਬਣਾ ਕੇ ਸਮਝਾ ਕੇ ਇਸ ਚੈਨਲ ਦੇ ਉੱਤੇ ਪਾ ਦਿੱਤੇ ਗਏ ਹਨ। ਸੋ ਤੁਸੀਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਹ ਗੱਲ ਦੱਸੋ ਤਾਂ ਕਿ ਉਹ ਸਾਰੇ ਵਿਦਿਆਰਥੀ ਇਸ ਉੱਦਮ ਦਾ ਲਾਹਾ ਲੈ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ ਆਲ।